10 ਸਰੀਰਾਂ ਦੇ ਵਿੱਚ ਵਿਚਰੀ ਗੁਰੂ ਕਲਗੀ ਧਰ ਪਾਤਸ਼ਾਹ ਜੀ ਤੱਕ ਇਹ ਸਰੀਰਕ ਰੂਪ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋਤ ਵਿਚਰੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਹੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ। ਗੁਰੂ ਪਿਆਰਿਓ, ਇਹ ਪਿਆਰ ਦੀ ਮੂਰਤ ਗੁਰੂ ਨਾਨਕ ਪਾਤਸ਼ਾਹ ਜੀ ਇੱਕ ਰਮਣੀਕ ਜਗ੍ਹਾ ਤੇ ਬੈਠੇ ਹੋਏ ਸਮਾਧੀ ਲੀਨ ਹੋ ਕੇ ਦੁਖਿਆਰਿਆਂ ਦੇ ਦੁੱਖਾਂ ਵੱਲ ਝਾਤ ਮਾਰ ਰਹੇ ਨੇ, ਵਿਚਾਰ ਕਰ ਰਹੇ ਨੇ ਕਿ ਇਹਨਾਂ ਦੇ ਦੁੱਖਾਂ ਨੂੰ ਕਿਵੇਂ ਨਿਵਰਤ ਕੀਤਾ ਜਾਵੇ। ਗੁਰੂ ਪਿਤਾ ਜੀ ਇਹਨਾਂ ਸੋਚਾਂ ਦੇ ਵਿੱਚ ਨੇ, ਨਜ਼ਦੀਕ ਹੀ ਭਾਈ ਮਰਦਾਨਾ ਜੀ ਸੁੱਤੇ ਹੋਏ ਨੇ। ਗੁਰੂ ਪਿਆਰਿਓ, ਅੰਮ੍ਰਿਤ ਵੇਲਾ ਹੋਇਆ, ਭਾਈ ਮਰਦਾਨਾ ਜੀ ਉੱਠੇ, ਸਾਹਿਬ ਦੇ ਚਰਨ ਪਰਸੇ, ਗੁਰਦੇਵ ਪਿਤਾ ਜੀ ਨੇ ਬਖਸ਼ਿਸ਼ ਕੀਤੀ, ਸਿਰ ਦੇ ਹੱਥ ਧਰਿਆ, ਫਿਰ ਆਖਿਆ ਏ ਮਰਦਾਨਾ ਜੀ ਤੂੰ ਅੱਜ ਸਾਡੇ ਤੋਂ ਵਿਛੜ ਜਾ। ਜਦੋਂ ਮਰਦਾਨੇ ਨੇ ਇਹ ਗੱਲ ਸੁਣੀ, ਦਿਲ ਕੰਬ ਉੱਠਿਆ, ਹਿਰਦੇ ਚੋਂ ਇੱਕ ਚੀਸ ਉੱਠੀ, ਸਾਹਿਬ ਦੇ ਚਰਨਾਂ ਤੇ ਢਹਿ ਪਿਆ ਕੇ ਦਾਤਾਰ ਪਾਤਸ਼ਾਹ ਜੀ ਆ, ਮੈਂ ਇਹ ਕੀ ਸੁਣਿਆ ਏ ਕਿ ਇਹ ਆਪ ਜੀ ਨੇ ਸੱਚਮੁੱਚ ਮੈਨੂੰ ਆਖਿਆ ਕਿ ਮੈਂ ਵਿਛੜ ਜਾਵਾਂ, ਕਿਤੇ ਮੈਂ ਗਲਤ ਤਾਂ ਨਹੀਂ ਸੁਣਿਆ? ਨਹੀਂ ਮਰਦਾਨਾ, ਤੂੰ ਸੱਚ ਸੁਣਿਆ ਏ, ਤੂੰ ਸਾਡੇ ਤੋਂ ਵਿਛੜ ਜਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਹੁਕਮ ਕੀਤਾ ਏ, ਭਾਈ ਮਰਦਾਨਾ ਜੀ ਸਾਹਿਬ ਦੇ ਚਰਨਾਂ ਤੋਂ ਵਿਛੜ ਕੇ ਤੁਰੇ ਨੇ, ਮੋਢੇ ਤੇ ਰਬਾਬ ਧਰੀ ਹੈ, ਦਿਲ ਵਿੱਚ ਚੀਸਾਂ ਉੱਠ ਰਹੀਆਂ ਨੇ, ਨੈਣਾਂ ਚੋਂ ਹੰਝੂ ਵਗ ਰਹੇ ਨੇ, ਮੁਰਸ਼ਦ ਦੇ ਵਿਛੋੜੇ ਨੇ ਬੇਹਬਲ ਕੀਤਾ ਹੋਇਆ ਹੈ ਭਾਈ ਮਰਦਾਨਾ ਜੀ ਨੂੰ। ਇਹ ਤੁਰੇ ਜਾਂਦੇ ਵੀ ਮੁੜ ਮੁੜ ਕੇ ਆਪਣੇ ਪਿਆਰੇ ਪ੍ਰੀਤਮ ਵੱਲ ਵੇਖ ਰਹੇ ਨੇ, ਤੁਰਦੇ ਜਾ ਰਹੇ ਨੇ ਮੁੜ ਮੁੜ ਕੇ ਸਤਿਗੁਰੂ ਨੂੰ ਵੇਖਦੇ, ਉਦੋਂ ਤੱਕ ਵੇਖਦੇ ਜਾ ਰਹੇ ਨੇ ਜਦੋਂ ਤੱਕ ਅੱਖਾਂ ਤੋਂ ਓਝਲ ਨਹੀਂ ਹੋ ਗਏ। ਭਾਈ ਮਰਦਾਨਾ ਜੀ ਸਾਹਿਬ ਜੀ ਤੋਂ ਦੂਰ ਚਲੇ ਗਏ ਨੇ, ਪਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਉਸ ਅਸਥਾਨ ਤੋਂ ਉੱਠੇ, ਕੁਝ ਦੂਰੀ ਤੇ ਜਾ ਕੇ ਇੱਕ ਪੱਥਰ ਤੇ ਬੈਠ ਗਏ ਨੇ। ਕੁਝ ਦੇਰ ਬਾਅਦ ਇੱਕ ਨੌਜਵਾਨ ਘੋੜ ਸਵਾਰ ਨੇ ਆ ਕੇ ਦੂਰੋਂ ਹੀ ਵੰਗਾਰ ਕੇ ਆਖਿਆ ਏ, ਖਬਰਦਾਰ ਬਈ ਨੌਜਵਾਨਾਂ ਭੱਜਣ ਦੀ ਕੋਸ਼ਿਸ਼ ਨਾ ਕਰੀ, ਆ ਵੇਖ ਮੇਰੇ ਹੱਥ ਦੇ ਵਿੱਚ ਤੀਰ ਕਮਾਨ ਹੈ, ਜੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਤੀਰ ਦਾ ਸ਼ਿਕਾਰ ਹੋ ਜਾਵੇਗਾ। ਗੁਰਦੇਵ ਪਿਤਾ ਜੀ ਮੁਸਕਰਾਏ, ਇਹ ਨਜ਼ਦੀਕ ਆਇਆ ਏ, ਇਹਨੇ ਸਵਾਲਾਂ ਦੀ ਝੜੀ ਲਗਾ ਦਿੱਤੀ, ਤੂੰ ਕੌਣ ਹੈ, ਤੇਰਾ ਨਾਮ ਕੀ ਹੈ, ਕਿੱਥੋਂ ਦਾ ਰਹਿਣ ਵਾਲਾ ਏ? ਗੁਰਦੇਵ ਨੇ ਆਖਿਆ, ਮੇਰਾ ਨਾਮ ਹੈ ਨਾਨਕ, ਪੰਜਾਬ ਦਾ ਰਹਿਣ ਵਾਲਾ ਹਾਂ। ਛੋਟੇ ਜਿਹੇ ਵਾਰਤਾਲਾਪ ਤੋਂ ਬਾਅਦ ਇਸ ਪਠਾਣ ਨੇ ਗੁਰਦੇਵ ਜੀ ਨੂੰ ਆਪਣੇ ਘੋੜੇ ਤੇ ਬੈਠਾ ਲਿਆ ਏ। ਗੁਰਦੇਵ ਪਿਤਾ ਜੀ ਇਸ ਦੇ ਨਾਲ ਬੈਠੇ ਨੇ, ਇਹਨੇ ਘੋੜਾ ਬੜੀ ਫੁਰਤੀ ਦੇ ਨਾਲ ਆਪਣੇ ਘਰ ਵੱਲ ਨੂੰ ਤੋਰਿਆ ਏ। ਜਦੋਂ ਘਰ ਪਹੁੰਚਿਆ, ਬਾਹਰੋਂ ਹੀ ਦੂਰੋਂ ਹੀ ਆਵਾਜ਼ਾਂ ਮਾਰਦਾ ਹੈ ਆਪਣੀ ਘਰਵਾਲੀ ਨੂੰ, ਭਾਗਵਾਨੇ ਆ ਬਾਹਰ ਨਿਕਲ ਕੇ ਵੇਖ, ਅੱਜ ਮੇਰੇ ਹੱਥ ਸ਼ਿਕਾਰ ਕਿੰਨਾ ਸੋਹਣਾ ਲੱਗਾ ਏ। ਇਹਦੇ ਘਰਵਾਲੀ ਪਠਾਣੀ ਬਾਹਰ ਆਈ ਹੈ, ਜਦੋਂ ਵੇਖਿਆ ਏ ਆਪਣੇ ਪਤੀ ਦੇ ਨਾਲ ਇੱਕ ਨੌਜਵਾਨ ਨੂੰ ਦਗ ਦਗ ਕਰਦਾ ਚਿਹਰਾ, ਬੜਾ ਹੀ ਪ੍ਰਭਾਵਸ਼ਾਲੀ ਮੁਖੜਾ, ਗੁਰੂ ਪਿਆਰਿਓ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲੀ। ਉਹਨੇ ਆਖਿਆ, ਮੈਂ ਅੱਜ ਤੱਕ ਪਤੀ ਦੇਵ ਜੀ ਉਹ ਤੁਹਾਡੇ ਮੋਹਰੇ ਬੋਲੀ ਨਹੀਂ ਸਾਂ, ਪਰ ਅੱਜ ਮੈਂ ਇਹ ਗੱਲ ਕਹਿਣ ਵਾਸਤੇ ਮਜਬੂਰ ਹਾਂ ਕਿ ਜਿਸ ਮਾਂ ਬਾਪ ਦਾ ਤੂੰ ਇਹ ਪਿਆਰਾ ਜਿਹਾ ਪੁੱਤਰ ਫੜ ਕੇ ਲੈ ਆਇਆ ਏ, ਉਹ ਤੈਨੂੰ ਕਿੰਨੀਆਂ ਮਦਸੀਸਾਂ ਦਿੰਦੇ ਹੋਣਗੇ, ਉਹਨਾਂ ਦਾ ਢਿੱਡ ਕਿਵੇਂ ਸ਼ਾਂਤ ਹੋਵੇਗਾ। ਉਹ ਪਹਿਲਾਂ ਹੀ ਪਤਾ ਨਹੀਂ ਅਸੀਂ ਕਿਹੜੇ ਕਿਹੜੇ ਪਾਪ ਕੀਤੇ ਨੇ ਜਿਹਨਾਂ ਦੀ ਅਸੀਂ ਸਜ਼ਾ ਭੁਗਤ ਰਹੇ ਹਾਂ, ਸਾਡੇ ਘਰ ਔਲਾਦ ਹੈ ਨਹੀਂ। ਜਾਂ ਅਜੇ ਵੀ ਇਸ ਬੱਚੇ ਨੂੰ ਇਹਨਾਂ ਦੇ ਮਾਂ ਬਾਪ ਦੇ ਹਵਾਲੇ ਕਰਿਆ, ਪੁੱਛ ਕਿੱਥੋਂ ਦਾ ਰਹਿਣ ਵਾਲਾ ਹੈ, ਉੱਥੇ ਛੱਡਿਆ। ਇਹ ਪਠਾਣ ਜਿਹੜਾ ਕਦੋਂ ਦਈਆਂ ਆਪਣੀ ਘਰਵਾਲੀ ਦੀਆਂ ਗੱਲਾਂ ਸੁਣ ਰਿਹਾ ਸੀ, ਇਹਨੇ ਦਬਕਾ ਮਾਰ ਕੇ ਆਖਿਆ ਏ,
ਕਹਿੰਦਾ ਬੜਾ ਚਿਰ ਹੋ ਗਿਆ ਮੈਂ ਤੇਰੀਆਂ ਗੱਲਾਂ ਸੁਣੀ ਜਾ ਰਿਹਾ ਹਾਂ, ਮੈਨੂੰ ਤੇਰੀ ਸਿੱਖ ਮਤ ਦੀ ਲੋੜ ਨਹੀਂ, ਇਹ ਸਾਡੇ ਵੱਡਿਆਂ ਦੀ ਕਾਰ ਹੈ, ਵੱਡਿਆਂ ਦੀ ਇਹ ਰੀਤ ਹੈ, ਵੱਡਿਆਂ ਦਾ ਇਹ ਕੰਮ ਕਾਰ ਹੈ, ਮੈਂ ਵੱਡਿਆਂ ਦੇ ਕੰਮ ਨੂੰ ਛੱਡ ਨਹੀਂ ਸਕਦਾ, ਇਸ ਲਈ ਇਹਨੂੰ ਮੈਂ ਵੇਚ ਕੇ ਆਪਣੇ ਘਰ ਦੀ ਗਰੀਬੀ ਨੂੰ ਦੂਰ ਕਰੇਗਾ। ਇਹ ਪਠਾਨ ਲੈ ਟੁਰਿਆ ਏ ਜਿੱਥੇ ਮਨੁੱਖਾਂ ਨੂੰ ਮਨੁੱਖ ਖਰੀਦ ਕੇ ਆਪਣਾ ਸਦਾ ਲਈ ਗੁਲਾਮ ਬਣਾਉਂਦਾ। ਗੁਰੂ ਪਿਆਰਿਓ ਗੁਰਦੇਵ ਪਿਤਾ ਜੀ ਨੂੰ ਮੰਡੀ ਵਿੱਚ ਲਿਜਾਇਆ ਗਿਆ ਏ ਜਿੱਥੇ ਬੋਲੀ ਲੱਗ ਰਹੀ ਹੈ, ਹਰ ਪਾਸੇ ਖਰੀਦਦਾਰਾਂ ਦਾ ਰੌਲਾ ਏ, ਕੁਝ ਸਹਿਮੀਆਂ ਹੋਈਆਂ ਜਿੰਦਾਂ ਖਲੋਤੀਆਂ ਨੇ ਜਿਹਨਾਂ ਦਾ ਸੌਦਾ ਤੈਅ ਹੋ ਰਿਹਾ ਏ। ਇਹਨਾਂ ਦੇ ਵਿੱਚ ਹੀ ਇੱਕ ਉੱਚੀ ਜਗ੍ਹਾ ਤੇ ਲਿਜਾ ਕੇ ਗੁਰਦੇਵ ਪਿਤਾ ਜੀ ਨੂੰ ਖੜਾ ਕਰ ਦਿੱਤਾ ਗਿਆ। ਵਪਾਰੀ ਉੱਡ ਕੇ ਪਏ, ਵਪਾਰੀਆਂ ਨੇ ਮੁੱਲ ਲਾਉਣਾ ਸ਼ੁਰੂ ਕੀਤਾ। ਆਖਿਰ ਅਰਬੀ ਘੋੜੇ, 2 ਅਰਬੀ ਘੋੜਿਆਂ ਦਾ ਮੁੱਲ ਪੈ ਗਿਆ ਏ ਸਤਿਗੁਰੂ ਜੀ ਦਾ। ਬੋਲੀ ਟੁੱਟ ਗਈ, ਗੁਰਦੇਵ ਪਿਤਾ ਜੀ 2 ਅਰਬੀ ਘੋੜਿਆਂ ਦੇ ਵੱਟੇ ਵਿਕ ਗਏ ਨੇ। ਇਲਾਕੇ ਦੇ ਮੀਰ ਨੇ ਜਿਹਨੂੰ ਪੀਰ ਵੀ ਆਖਿਆ ਜਾਂਦਾ, ਉਸ ਨੇ ਸਤਿਗੁਰੂ ਨੂੰ ਖਰੀਦ ਲਿਆ ਏ, ਘਰ ਲੈ ਕੇ ਗਿਆ। ਸਵੇਰੇ ਵੇਲੇ ਸਰੀ ਇਸ ਮੀਰ ਨੇ ਆਖਿਆ ਏ ਗੁਰਦੇਵ ਨੂੰ, ਆਓ ਗਾਗਰ ਚੱਕੋ ਤੇ ਜਾ ਕੇ ਪਾਣੀ ਲੈ ਕੇ ਆਓ। ਗੁਰਦੇਵ ਪਿਤਾ ਜੀ ਨੇ ਇਸ ਦੁਨਿਆਵੀ ਮਾਲਕ ਦੇ ਹੁਕਮ ਨੂੰ ਮੰਨਦਿਆਂ ਹੋਇਆ ਗਾਗਰ ਉਠਾਈ ਹੈ, ਪਾਣੀ ਲੈਣ ਗਏ ਨੇ। ਗੁਰੂ ਪਿਆਰਿਓ ਜਿਸ ਸਾਹਿਬ ਦੇ ਹੁਕਮ ਦੇ ਵਿੱਚ ਖੰਡ, ਬ੍ਰਹਿਮੰਡ, ਚੰਦ, ਸੂਰਜ, ਤਾਰੇ ਸਭ ਕੁਝ ਹੋਵੇ, ਉਸ ਮਾਲਕ ਦੀ ਜਦੋਂ ਨਿਰਾਦਰੀ ਵੇਖੀ, ਜਿਵੇਂ ਪਾਣੀ ਵੀ ਇਹਨਾਂ ਮਨੁੱਖਾਂ ਦੇ ਨਾਲ ਰੁੱਸ ਗਿਆ। ਹੁਣ ਜਿੱਧਰ ਵੀ ਗੁਰਦੇਵ ਪਿਤਾ ਜੀ ਗਏ, ਨਾ ਖੂਹਾਂ ਦੇ ਵਿੱਚ ਨਾ ਤਲਾਬ ਦੇ ਵਿੱਚ ਪਾਣੀ ਹੈ। ਆ ਕੇ ਸਤਿਗੁਰੂ ਜੀ ਨੇ ਉਸੇ ਤਰ੍ਹਾਂ ਹੀ ਮਾਲਕ ਨੂੰ ਦੱਸਿਆ ਏ। ਗੁਰੂ ਪਿਆਰਿਓ ਸਾਰੇ ਸ਼ਹਿਰ ਦੇ ਵਿੱਚ ਦੁਹਾਈ ਮੱਚ ਗਈ, ਸਭ ਪਾਸੇ ਤਲਾਬ, ਖੂਹ, ਟੋਬੇ ਸੁੱਕ ਗਏ ਨੇ, ਕਿਸੇ ਪਾਸੇ ਪਾਣੀ ਨਜ਼ਰ ਨਹੀਂ ਆਉਂਦਾ। ਸੋ ਪਾਣੀ ਦੇ ਮੁੱਕਣ ਦੇ ਨਾਲ ਸਮੁੱਚੇ ਸ਼ਹਿਰ ਦੇ ਵਿੱਚ ਹਾਹਾਕਾਰ ਇਹਦਾ ਮੱਚ ਗਈ ਹੈ। Thank you.
ਚੁੱਕੇ ਨੇ, ਚਾਹੇ ਉਹ ਨਜ਼ਦੀਕ ਵਗਦੀ ਨਦੀ ਹੈ, ਚਾਹੇ ਤਲਾਬ ਨੇ, ਚਾਹੇ ਖੂਹ ਨੇ, ਚਾਹੇ ਟੋਭੇ ਨੇ, ਸਭ ਪਾਸੇ ਪਾਣੀ ਸੁੱਕਿਆ ਪਿਆ ਏ। ਸਾਰੇ ਨਗਰ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ। ਗੁਰੂ ਪਿਆਰਿਓ, ਗੁਰਦੇਵ ਪਿਤਾ ਜੀ ਇੱਕ ਹੀ ਮੌਜ ਵਰਤਾ ਰਹੇ ਨੇ, ਇਹ ਸਤਿਗੁਰੂ ਜਾਣਦੇ ਨੇ। ਇਹ ਲੋਕ ਜਿਹਨਾਂ ਨੂੰ ਰੱਬ ਭੁੱਲਿਆ ਹੋਇਆ ਏ, ਮਨੁੱਖੀ ਤਸਕਰੀ ਜਾਂ ਮਨੁੱਖਾਂ ਨੂੰ ਮਨੁੱਖ ਨੇ ਗੁਲਾਮ ਬਣਾ ਕੇ ਉਹਨਾਂ ਦੇ ਕੋਲੋਂ ਸਦਾ ਲਈ ਗੁਲਾਮੀ ਕਰਾਉਣੀ, ਇਹ ਇਹਨਾਂ ਲੋਕਾਂ ਦੀ ਫਿਤਰਤ ਹੈ। ਇਸ ਲਈ ਗੁਰਦੇਵ ਪਿਤਾ ਜੀ ਨੇ ਉਹਨਾਂ ਦੁਖਿਆਰਿਆਂ ਨੂੰ, ਉਹਨਾਂ ਗੁਲਾਮ ਹੋਏ ਲੋਕਾਂ ਨੂੰ ਇਹਨਾਂ ਦੇ ਪੰਜੇ ਵਿੱਚੋਂ ਛੁਡਾਉਣ ਵਾਸਤੇ ਹੀ ਇਹ ਸਾਰਾ ਕੁਝ ਕੀਤਾ ਹੈ। ਦੀਨ ਦੁਨੀਆਂ ਦਾ ਵਾਲੀ ਜਿਹੜਾ ਹੈ ਆਪਣੇ ਆਪ ਨੂੰ ਮੰਡੀ ਦੇ ਵਿੱਚ ਵਿਕਾ ਲੈਂਦਾ ਹੈ। ਸਾਹਿਬ ਦੀ ਦੋ ਘੋੜਿਆਂ ਦੀ ਕੀਮਤ ਤੇ ਵਿਕ ਗਏ, ਤਾਂ ਕਿ ਜਿਹੜੇ ਦੁਖਿਆਰੇ ਨੇ, ਜਿਹੜੇ ਪਹਿਲਾਂ ਵਿਕੇ ਹੋਏ ਨੇ, ਜਿਹੜੇ ਗੁਲਾਮੀ ਦੀ ਜ਼ਿੰਦਗੀ ਬਤੀਤ ਕਰ ਰਹੇ ਨੇ, ਉਹਨਾਂ ਨੂੰ ਛੁਡਾਇਆ ਜਾ ਸਕੇ। ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ, ਇਹ ਪਾਪ ਦਾ ਘੜਾ ਭਰਿਆ ਹੋਇਆ ਹੈ। ਇੱਧਰ ਗੁਰਦੇਵ ਪਿਤਾ ਜੀ ਦਇਆ ਦੇ ਘਰ ਆਏ ਹੋਏ ਨੇ, ਤੇ ਉੱਧਰ ਇੱਕ ਗੁਰੂ ਦਾ ਪਿਆਰਾ ਭਾਈ ਹਰਾ ਜੀ ਇਸ ਬੰਦੀ ਖਾਨੇ ਦੇ ਵਿੱਚ ਬੈਠਾ ਹੈ, ਜਿਹੜਾ ਸਾਹਿਬ ਦੇ ਚਰਨਾਂ ਤੋਂ ਮੁੱਦਤਾਂ ਤੋਂ ਵਿਛੜਿਆ ਹੋਇਆ ਹੈ। ਇੱਕ ਪਾਸੇ ਗੁਰਦੇਵ ਪਿਤਾ ਦੇ ਚਰਨਾਂ ਤੋਂ ਵਿਛੜੇ ਹੋਣ ਦਾ ਦੁੱਖ, ਇੱਕ ਪਾਸੇ ਇਹ ਗੁਰਦੇਵ ਪਿਤਾ ਦੇ ਚਰਨਾਂ ਤੋਂ ਵਿਛੜਨ ਦਾ ਦੁੱਖ, ਤੇ ਦੂਸਰੇ ਬੰਨੇ ਇਹ ਬੰਦੀ ਖਾਨੇ ਦੇ ਦੁੱਖੜੇ। ਆਖਰ ਇਹ ਕਿਵੇਂ ਬੇਨਤੀ ਕਰਦਾ ਹੈ, ਤੇ ਗੁਰਦੇਵ ਪਿਤਾ ਜੀ ਇਹਨਾਂ ਦੀ ਕਿਵੇਂ ਰਿਹਾਈ ਕਰਾਉਂਦੇ ਨੇ, ਕਿਵੇਂ ਬਖਸ਼ਿਸ਼ਾਂ ਦੇ ਨਾਲ ਇਹਨਾਂ ਦੁਖੀਆਂ ਦੇ ਦੁੱਖ ਨਿਵਰਤ ਕਰਦੇ ਨੇ, ਇਹ ਸ਼ਾਮ ਦੇ ਦੀਵਾਨ ਦੇ ਵਿੱਚ ਇਤਿਹਾਸ ਦੀ ਸਮਾਪਤੀ ਕਰਾਂਗੇ। ਸਾਰੀਆਂ ਸੰਗਤਾਂ ਦੇ ਧੰਨਵਾਦੀਆਂ ਜਿਹਨਾਂ ਨੇ ਬਹੁਤ ਸਾਰਾ ਮਾਣ ਕੀਤਾ ਹੈ। ਸਤਿਗੁਰੂ ਜੀ ਚੜ੍ਹਦੀਆਂ ਕਲਾ, ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਣ ਜੀ, ਆਪ ਪਿਆਰ ਦੇ ਨਾਲ ਫਤਿਹ ਜੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ।